ਤੁਹਾਨੂੰ ਪਤਾ ਕਦੋਂ ਲੱਗਾ ਇਹ ਮੈਰਿਡ ਹੈ? ਮੈਨੂੰ ਜੀ ਇਹਨੇ ਜਦੋਂ ਆਪਦੀ ਸੈਪਰੇਸ਼ਨ ਦੀ ਗੱਲ ਪਿਛਲੇ ਸਾਲ ਕੀਤੀ ਆ 2023 ਚ ਵੀ ਮੇਰੀ ਸੈਪਰੇਸ਼ਨ ਪਈ ਸੀ ਇਦਾਂ ਕਰਕੇ, ਜਦੋਂ ਇਹਨੇ ਸਾਡੇ ਤੋਂ ਪੈਸੇ ਡਿਮਾਂਡ ਕੀਤੀ ਆ ਕਿ ਮੈਂ ਆਸਟ੍ਰੇਲੀਆ ਨੂੰ ਜਾਣਾ ਜਾਂ ਆਸਟ੍ਰੇਲੀਆ ਤੋਂ ਆਈ ਆ ਔਰ ਤੇ ਮੈਨੂੰ ਪੈਸੇ ਲੋੜ ਹੈ, ਪੈਸੇ ਕਾਹਦੇ ਲੋੜ ਆ? ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਹੀ ਇਹਨੇ ਡਿਮਾਂਡ ਕੀਤੀ ਆ ਵੀ ਮੈਂ ਹੁਣ ਘਰ ਲੈਣਾ ਲੀਜ਼ ਲਈ, ਮੈਨੂੰ ਪੈਸੇ ਚਾਹੀਦੇ ਆ, ਮੈਂ ਗੱਡੀ ਲੈਣੀ ਆ, ਮੈਂ ਆਹ ਚੀਜ਼ ਦੀ ਫੀਸ ਭਰਨੀ ਆ। ਇਹ ਚੀਜ਼ ਲਈ ਕਿੰਨੀ ਪੇਮੈਂਟ ਲਈ ਇਹਨੇ ਤੁਹਾਡੇ ਤੋਂ ਮੰਗਾਈ? ਮੈਂ ਤੁਹਾਨੂੰ ਦੱਸ ਗਿਆ ਇੱਕ ਮਿੰਟ ਰੱਖੋ, ਹੁਣ ਮੈਂ ਜਿਹੜੀਆਂ ਮੈਂ ਤੁਹਾਨੂੰ ਉਹ ਭੇਜ ਦਿੱਤੀ, ਜਸਟ ਗਿਵ ਮੀ ਰਫ ਫਿਗਰ, ਰਫ ਫਿਗਰ ਦੇ ਦਿਓ ਮੈਨੂੰ। 13-14 ਹਜ਼ਾਰ ਡਾਲਰ ਦੇ ਤਾਂ ਇਹੀ ਆ ਜਿਹੜੇ ਮੈਂ ਰਿਮਿਟਲੀ ਦੇ ਰਾਹੀਂ ਭੇਜੇ ਹੋਏ ਜੀ। ਆ ਜਿਹੜਾ ਆ ਹੋਣੀ ਆ, ਮਤਲਬ 13-14 ਹਜ਼ਾਰ ਡਾਲਰ ਤੁਸੀਂ ਕਨਵਰਟ ਕਰੋ ਕਰਾਇਆ। ਚਲੋ ਜੀ, ਇਹਨੇ ਕਹਿੰਦੀ ਮੈਂ ਘਰ ਲੈਣਾ ਵਾ, ਇਹਨੇ ਘਰ ਲੈ ਲਿਆ ਜੀ, ਬੈਂਕਸੀਆ ਗਰੋਵ ਪਾਰਕ ਚ, ਤੇ ਉਹ ਘਰ ਦੀ ਇਹਨੂੰ ਦਵਾਇਆ, ਤੇ ਮੁੜ ਕੇ ਇਹਦੀ ਮਾਤਾ ਆ ਗਈ ਜੀ, ਉਹ ਜਵਾਕ ਆ ਗਿਆ ਇਹਨਾਂ ਦਾ ਜੀ, ਚੰਗਾ ਚੱਲਿਆ। ਉਹ ਜਵਾਕ ਵੀ ਇਹਦਾ ਹੀ ਸੀਗਾ, ਇਹ ਛੱਡ ਕੇ ਆਈ ਹੋਈ ਸੀ ਸਾਰਾ ਕੁਝ ਉੱਥੋਂ 2018 ਤੋਂ, ਇਹਦਾ ਕੋਈ ਕੰਟੈਕਟ ਨਹੀਂ ਸੀਗਾ ਆਪਦੇ। ਇਹ ਸ਼ਾਦੀ ਸ਼ੁਦਾ ਸੀ ਜਦੋਂ ਤੁਹਾਨੂੰ ਮਿਲ ਲੱਗੀ ਤਾਂ ਦੱਸਿਆ ਨਹੀਂ ਕਿ ਮੈਂ ਸ਼ਾਦੀ ਸ਼ੁਦਾ ਹਾਂ? ਹਾਂਜੀ, ਇਹਨੇ ਦੱਸਿਆ ਨਹੀਂ। ਹਾਂਜੀ ਹਾਂ। ਓਕੇ, ਸੋ ਇਹ ਸ਼ਾਦੀ ਕਦੋਂ ਹੋਈ ਸੀ ਮੁੰਡੇ ਨਾਲ? 2013 ਚ ਜੀ। 13 ਚ ਹੋਈ ਸੀ ਸ਼ਾਦੀ ਦੀ? ਕੋਈ ਤਸਵੀਰਾਂ ਤੁਹਾਡੇ ਪਾਸ, ਕੋਈ ਪ੍ਰੂਫ ਹੈ? ਮੈਂ ਬਾਕੀ ਸਾਹਿਬ ਰਾਈਟ ਨਾਓ ਮੇਰੇ ਕੋਲ ਨਹੀਂ ਹੈਗੀਆਂ, ਪਰ ਮੈਂ ਤੁਹਾਨੂੰ ਅਵੇਲੇਬਲ ਕਰ ਦੂੰਗਾ, ਉਹ ਵੀ ਤੁਹਾਨੂੰ ਮੈਂ ਭੇਜ ਦੂੰਗਾ ਵਟਸਐਪ ਤੇ, ਕਿਉਂਕਿ ਮੇਰੇ ਕੋਲ ਦੂਜੇ ਫੋਨ 'ਚ ਹੋਣਾ ਮੇਰੇ ਕੋਲ। ਇਸ ਲੜਕੀ ਦਾ ਜਿਹੜਾ ਲੜਕੀ ਦਾ ਜਿੱਥੇ ਸ਼ਾਦੀ ਹੋਈ ਆ ਉਹ ਲੜਕਾ ਨਾਂ ਰਵਿੰਦਰ ਹੈ, ਤੇਰਾ ਪਿੰਡ ਕਿਹੜਾ ਆ? ਉਹ ਇਹਦਾ ਭਰਾ ਜੀ ਰਵਿੰਦਰ, ਤੇ ਉਹ ਮੁੰਡੇ ਦਾ ਨਾਮ ਸੀਗਾ ਹਰਪ੍ਰੀਤ ਸੇਖੋਂ, ਉਹਦਾ ਨਾਮ ਹੈ ਉਹ ਮੁੱਲਾਪੁਰ ਦਾਖਾਂ ਤੋਂ ਜੀ, ਡਾਂਗਪੁਰ ਰੋਡ ਤੇ ਘਰ ਆ। ਇੱਕ ਮਿੰਟ, ਹਰਪ੍ਰੀਤ ਸੇਖੋਂ ਨੇ ਇਹਦਾ ਵਿਆਹ ਕਰਾਇਆ ਸੀ? ਹਾਂਜੀ, ਉਹ ਵੀ ਤੁਹਾਨੂੰ ਦੱਸ ਦਿੰਦਾ, ਉਹਦਾ ਬੱਚਾ ਵੀ ਹੈ ਕੋਈ? ਡੈਥ ਹੋ ਗਈ। ਹਾਂਜੀ ਹਾਂਜੀ, ਬੱਚਾ ਉਹਦੀ ਡੈਥ ਹੋ ਗਈ ਦਸੰਬਰ 'ਚ ਜੀ, ਜੋ ਸਾਰੀ ਗੱਲ ਹੋਈ ਆ ਤੁਹਾਨੂੰ ਦੱਸਾਂ, ਬਹੁਤ ਵੱਡੀ ਪਲੈਨਿੰਗ ਸੀ ਇਹ। ਛੋਟੀ ਗੱਲ ਕਰੋ, ਡੈਥ ਹੋ ਗਈ ਉਹਦੀ, ਮੁੰਡੇ ਦੀ ਵੀ ਡੈਥ ਹੋ ਗਈ ਦੋ ਆਪਣੇ ਦਸੰਬਰ ਦੇ ਵਿੱਚ 28 ਜਾਂ 29 ਨੂੰ, ਉਹ ਕਿਉਂਕਿ ਉਹਨੂੰ ਬੁਲਾਇਆ ਨਹੀਂ ਗਿਆ ਹੈਗਾ ਇੱਥੇ, ਤੇ ਉਹ ਨਸ਼ੇ ਨੁਸ਼ਾ ਪਤਾ ਨਹੀਂ ਕਰਨ ਲੱਗ ਗਿਆ ਸੀ, ਪਰ ਮੇਰੇ ਸੁਣਨ 'ਚ ਆਇਆ ਸੀਗਾ ਉਦੋਂ ਇਹ ਭੰਗੜੇ ਪਾਉਂਦੀ ਸੀ ਜਿੱਦਣ ਉਹਦੀ ਡੈਥ ਹੋਈ ਆ, ਵੀ ਵਧੀਆ ਮਰ ਗਿਆ ਹਨਾ, ਕਿਉਂਕਿ ਉਹ ਜਦੋਂ ਜਾਂਦਾ, ਇਹਦੀ ਮਾਂ ਬਹੁਤ ਤੇਜ਼ ਆ ਜੀ, ਉਹ ਬਹੁਤ ਪ੍ਰਭਾਵ 'ਚ ਲੈਂਦੀ ਆ, ਮੈਂ ਨਾ ਇੱਥੇ ਚੈਟ ਭੇਜੀ ਹੋਈ ਆ ਬਾਈ ਨੂੰ ਹਨਾ, ਮੈਂ ਸਾਰਾ ਕੁਛ ਜਿੱਥੇ ਉਹ ਕਰਦੀ ਆ, ਤੂੰ ਮੇਰੇ ਪੁੱਤਾਂ ਵਰਗਾ, ਜਦੋਂ ਇਹਨਾਂ ਦੇ ਹੱਥੋਂ ਨਿਕਲ ਗਈ ਨਾ ਗੱਲ ਹਫ਼ਤਾ ਪਹਿਲਾਂ ਨਾ ਸਾਰੀ, ਮੈਂ ਕਿਹਾ ਵੀ ਇੰਨੀ ਲੰਬੀ ਸਟੋਰੀ ਨਾ ਲਿਓ ਪਲੀਜ਼, ਮੈਂ ਬਾਰ ਬੇਨਤੀ ਕਰ ਰਿਹਾ, ਟੂ ਦੀ ਪੁਆਇੰਟ ਆਓ। ਉਸ ਤੋਂ ਬਾਅਦ ਤੁਹਾਡੀ ਵਾਈਫ ਦੀ ਜਿਹੜੀ ਸ਼ਾਦੀ ਹੋਈ ਆ, ਸ਼ਾਦੀ ਜਿਹੜੀ ਆ ਪੂਰੀ ਧੂਮਧਾਮ ਨਾਲ ਹੋਈ ਆ, ਉਸ ਬੱਚੇ ਦੇ ਨਾਲ ਰੀਅਲ ਸ਼ਾਦੀ ਹੋਈ ਸੀ, ਤਾਂ ਜਿਹੜੀ ਬੱਚੇ ਨਾਲ ਸ਼ਾਦੀ ਹੋਈ ਆ ਉਹਨੇ ਆਸਟ੍ਰੇਲੀਆ ਭੇਜਣ ਲਈ ਖਰਚਾ ਉਹਨ ਸਾਰਾ ਤਾਰਿਆ ਹਰਪ੍ਰੀਤ ਦੇ ਮਾਂ ਬਾਪ ਨੇ, ਆਮ ਰਾਈਟ? ਇਹ ਖਰਚੇ ਦਾ ਮੈਨੂੰ ਨਹੀਂ ਜੀ ਪਤਾ ਕਿਹਨੇ ਤਾਰਿਆ, ਵੀ ਉਹਦੀ ਮਾਂ ਆਫ ਕੋਰਸ, ਉਹੀ ਤਾਂ ਮੁੰਡੇ ਨੇ ਤਾਰਿਆ ਹੋਊਗਾ ਜਿਹਨਾਂ ਇਹਨੇ ਲਾਮਾਂ ਲਈਆਂ ਸੀ ਜਿਹਨੇ ਭੇਜਿਆ, ਤੇ ਹਰਪ੍ਰੀਤ ਜਿਹੜਾ ਸਿੱਖੋ ਆ ਇਹਦਾ ਪਿੰਡ ਮੁੱਲਾਪੁਰ ਆ, ਮੁੱਲਾਪੁਰ ਦਾਖਾਂ ਜੀ ਦਾ, ਇਹ ਹਰਪ੍ਰੀਤ ਦੇ ਫਾਦਰ ਦਾ ਨਾਂ ਕੀ ਆ? ਮੈਨੂੰ ਫਾਦਰ ਦਾ ਨਾਮ ਨਹੀਂ ਜੀ ਪਤਾ। ਇਹ ਮੁੱਲਾਪੁਰ ਇਹਨਾਂ ਦਾ ਮਕਾਨ ਕਿੱਥੇ ਆ? ਜਾਂਗਪੁਰ ਰੋਡ ਤੇ ਆ ਜੀ, ਖੱਬੇ ਹੱਥ। ਇਸ ਤਰ੍ਹਾਂ ਮੈਰਿਡ ਇਸ ਲੜਕੇ ਨਾਲ ਸ਼ੋਰੀ ਡੈਥ ਹੋਈ, ਉਹ ਡੈਥ ਕਿਦਾਂ ਹੁੰਦੀ ਉਹਦੀ? ਉਹਦੀ ਡੈਥ ਮੈਂ ਤੁਹਾਨੂੰ ਦੱਸ ਦਿੰਦਾ ਜੀ, ਮੈਂ ਬਿਲਕੁਲ ਸ਼ਾਰਟ ਰੱਖੋ, ਸ਼ਾਰਟ ਸੋ ਰੱਖੋ। ਹਾਂਜੀ ਹਾਂਜੀ, ਉਹਦੀ ਡੈਥ ਇਦਾਂ ਹੁੰਦੀ ਹੈ ਜੀ, ਜਦੋਂ ਉਹਦੀ ਫੈਮਿਲੀ ਵੀ ਕੈਨੇਡਾ ਰਹਿੰਦੀ ਹੈ ਮੁੰਡੇ ਦੀ, ਤੇ ਉਹਦੀ ਕਿ ਫੈਮਿਲੀ ਕੈਨੇਡਾ ਰਹਿੰਦੀ ਹੈ, ਉਹ ਕਿਤੇ ਇਹਦੀ ਮਾਂ ਤੋਂ ਜਾਂਦਾ ਆਉਂਦਾ ਹੋਣਾ ਵਾ, ਇਹਨਾਂ ਨੇ ਨਾ ਜੀ ਕੁਛ ਮਾੜਾ ਮੋਟਾ, ਉਹ ਚਲੋ ਮਾੜਾ ਮੋਟਾ ਕਿਤੇ ਮਾੜਾ ਮੋਟਾ ਜਿੰਮ ਜੁੰਮ ਵੀ ਲਾਉਂਦਾ ਸੀ, ਤੇ ਮਾੜਾ ਮੋਟਾ ਉਹ ਕਿਤੇ ਮੈਨੂੰ ਲੱਗਦਾ ਵੀ ਕੁਛ ਹੋਰ ਵੀ ਚੀਜ਼ਾਂ ਮਾੜੀਆਂ ਮੋਟੀਆਂ, ਮਤਲਬ ਹਨਾ ਖਾਂਦਾ ਪੀਂਦਾ ਸੀਗਾ ਹਨਾ, ਮਤਲਬ ਜੋ ਇਹਨਾਂ ਵੱਲੋਂ ਹਨਾ, ਉਹ ਨਾ ਮੈਨੂੰ ਲੱਗਦਾ ਵੀ ਜਦੋਂ ਇਹਦੇ ਘਰੇ ਆਉਣਾ ਹੁੰਦਾ ਸੀ, ਇਹਨਾਂ ਨੇ ਕੁਛ ਉਹਨੂੰ ਖਾਣਾ ਖੂਣਾ ਦੇਣਾ, ਖਾਣ ਦੇ ਵਿੱਚ ਹੀ ਨਾ ਸਲੋ ਪੋਇਜ਼ਨ ਵਾਂਗੂ ਜਿਵੇਂ ਨਾ ਕੋਈ ਚੀਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਸੀ ਜਦੋਂ ਇਹਦੀ ਮਾਂ ਮਿਲਦੀ, ਕਿਉਂਕਿ ਇਹਨਾਂ ਦੀ ਪਲੈਨਿੰਗ ਸੀਗੀ, ਉਹਦਾ 2022 ਦਾ ਵੀਜ਼ਾ ਆਇਆ ਹੋਇਆ ਸੀ, ਉਹਨੂੰ ਵੀਜ਼ਾ ਦਿੱਤਾ ਨਹੀਂ ਸੀ ਗਿਆ, ਉਹਨੂੰ ਉਹ ਬੁਲਾਉਣਾ ਨਹੀਂ ਸੀ ਚਾਹੁੰਦੇ ਇੱਥੇ ਹਨਾ, ਠੀਕ ਹੈ ਜੀ, ਤੇ ਵੀ ਆਸਟ੍ਰੇਲੀਆ ਪੈਰ ਨਾ ਪਾਵੇ ਉਹ, ਠੀਕ ਹੈ ਜੀ, ਵੀ ਅਸੀਂ ਆਪਦਾ ਸਾਰਾ ਸਿਸਟਮ ਸੈੱਟ ਰੱਖੀਏ ਨਾ ਆਲੇ ਦੁਆਲੇ ਦੀ, ਤੇ ਨਾ ਜੀ ਉਹ ਉਹਨੇ ਪਤਾ ਨਹੀਂ ਉਹ ਮੈਨੂੰ ਐਂਡਲੇ ਦਿਨ ਵਾਲੀ ਗੱਲ ਨਹੀਂ ਪਤਾ, ਪਰ ਉਹ ਜਦੋਂ ਕਹਿੰਦੇ ਉਹਦੀ ਡੈਥ ਹੋਈ ਆ, ਤੇ ਉਹਦੇ ਮੂੰਹ ਚੋਂ ਹਨਾ, ਮਤਲਬ ਵੀ ਮਤਲਬ ਪਤਾ ਨਹੀਂ ਹਰਾ ਪਤਾ ਨਹੀਂ ਬਲੂ ਜੇ ਕਲਰ ਦਾ ਉਹ ਝੱਗ ਵਗੈਰਾ ਨਿਕਲੀ ਹੋਈ ਸੀ, ਉਹਦੀ ਡੈਥ ਹੋ ਗਈ, ਉਹਦੀ ਜਦੋਂ ਡੈਥ ਹੋਈ ਤੇ ਇਹਨੇ ਦੇਖੋ ਐਡੀ ਵੱਡੀ ਸਕੀਮ ਖੇਡੀ, ਇਹਨੇ ਆਪਦੀ ਸੱਸ ਦਾ ਇਹਦਾ ਫੋਨ ਆਇਆ ਮੈਨੂੰ, ਜਿਹੜੀ ਗੱਲਾਂ ਨਾ ਕੀਤੀਆਂ ਨਾ ਬਾਅਦ ਚ ਸ਼ੇਅਰ ਹੋਈਆਂ ਸਾਰੀਆਂ ਚੀਜ਼ਾਂ, ਤੋਂ ਮੇਰੇ ਪ੍ਰੂਫ ਹੱਥ ਲੱਗਣ ਤੋਂ ਬਾਅਦ ਇਹਨੇ ਆਪਦੀ ਟਿਕਟ ਨਹੀਂ ਕਰਾਈ, ਉਹ ਕੈਨੇਡਾ ਤੋਂ ਚਲੇ ਗਏ ਇੰਡੀਆ, ਦੇਖ ਲਓ ਬੰਦੇ ਨੇ ਟਿਕਟ ਨਹੀਂ ਕਰਾਈ, ਕਿਉਂਕਿ ਇਹਨਾਂ ਨੂੰ ਇਹ ਡਰ ਸੀ ਵੀ ਪੋਸਟਮਾਰਟਮ ਕਰਾਉਣ ਵੀ ਕੱਲ੍ਹ ਤੁਹਾਨੂੰ ਕੋਈ ਗੱਲ ਨਾ ਸਾਹਮਣੇ। ਮੁੰਡਾ ਕਿੱਥੇ ਜਾ ਡੈਥ ਹੋਈ ਆ? ਮੁੰਡਾ ਕਿੱਥੇ ਇੰਡੀਆ ਸੀਗਾ? ਮੁੰਡਾ ਘਰੇ, ਉਹ ਮੁੰਡਾ ਘਰੇ ਇਕੱਲਾ ਸੀਗਾ ਜੀ, ਉਹ ਦੂਜੇ 2 ਦਿਨਾਂ ਬਾਅਦ ਉਹਦਾ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ, ਜਦੋਂ ਉਹਨੇ ਫੋਨ ਨਹੀਂ ਚੱਕਿਆ। ਮੇਰਾ ਸਵਾਲ ਹੈ ਕਿ ਮੁੰਡਾ ਕਿੱਥੇ ਸੀ? ਉਹ ਆਪਣੇ ਇੰਡੀਆ ਘਰੇ ਸੀਗਾ ਜੀ ਆਪਦੇ। ਮੁੱਲਾਪੁਰ? ਮੁੱਲਾਪੁਰ ਹਾਂਜੀ। ਮੁੱਲਾਪੁਰ ਘਰ ਕਿੱਧਰਲੇ ਪਾਸੇ ਆ? ਜਦੋਂ ਜੀ ਆਪਾਂ ਜਾਂਗਪੁਰ ਰੋਡ ਆ ਜਿਹੜਾ ਗਰਾਊਂਡ ਬਣਿਆ ਹੋਇਆ ਵਾ ਬਹੁਤ ਵੱਡਾ, ਉਹਦੇ ਓਪੋਜ਼ਿਟ ਸਾਈਡ ਜਾਂਗਪੁਰ ਰੋਡ ਜਾਂਦੀ ਆ, ਉਹ ਜਾ ਕੇ ਨਾ ਜਮਾ ਲੈਫਟ ਤੇ ਐਂਡਲਾ ਘਰ ਆ ਜੀ, ਜਮਾ ਲੈਫਟ ਤੇ ਰੇਲ ਲਾਈਨ ਤੋਂ ਪਹਿਲਾਂ ਲੈਫਟ ਫੜ,
नहीं नहीं उन्होंने पोस्टमार्टम नहीं कराया क्योंकि यही गल्ला मैंने उदू बाद पता लगी है ना जो इंडिया तो आ गई है वापस मुड़ के जो हूं आ सारिया चीजा चलिए क्योंकि मैं बस ही कहते बहुत मिठा बन गया तो सारिया चीजा कढ़वाने लिए तो सच जानने भी है की है ना रियल चल की रहा वा है ना फिर हौली हौली मन दी है ना जी ये मन लग गई सारिया चीजा है ना इन्हें मतलब चलो है ना मैंने जिन्हें जिन्हें दसिया मैं वो माता कल वे गल हुई मुंडे की माता ने मैं उन्होंने दसता मैं क्या भी जेड़ा तेरा पोता वा ना उन्होंने लै ला तू बहुत वधिया रहोगे तुम है ना भी क्योंकि ना ये उत्थे इन्हें परत की किया रिलेशन सीगे ਸਾਡਾ ਹਾਂਜੀ ਇੱਕ ਵਾਰ ਰਿਲੇਸ਼ਨ ਬਣਿਆ ਸੀਗਾ 2020 ਚ ਤੇ ਉਹ ਆਪਣੇ ਇੱਥੇ ਇੰਡੋਨੇਸ਼ੀਆ ਅਸੀਂ ਗਏ ਸੀ ਘੁੰਮਣ ਬਸ ਇੰਡੋਨੇਸ਼ੀਆ ਗਏ ਆ ਤਾਂ ਤੁਹਾਡੀ ਵਾਈਫ ਇੰਡੀਆ ਸੀਗੀ ਨਹੀਂ ਨਹੀਂ ਇਹ ਨਹੀਂ ਆਸਟ੍ਰੇਲੀਆ ਤੋਂ ਆਈ ਸੀ ਇਹ ਆਸਟ੍ਰੇਲੀਆ ਤੋਂ ਆਈ ਸੀ ਤਾਂ ਤੁਹਾਡੀ ਰਿਲੇਸ਼ਨਸ਼ਿਪ ਜਿਹੜੇ ਆ ਉਹ ਕੈਮ ਕਿਮ ਆਪ ਸੀ ਰਿਲੇਸ਼ਨ ਕਿਵੇਂ ਬਣਿਆ ਤੁਹਾਡਾ ਤੁਸੀਂ ਫੇਸਬੁੱਕ ਰਾਹੀਂ ਇੱਕ ਦੂਜੇ ਨਾਲ ਪਿਆਰ ਕੀਤਾ ਸ਼ੁਰੂ ਨਹੀਂ ਨਹੀਂ ਉਹ ਆਪਾਂ ਉੱਥੋਂ ਤੁਹਾਨੂੰ ਦੱਸਿਆ ਵੀ ਆਪਾਂ ਹੋਸਪਿਟਲ ਤੋਂ ਜਦੋਂ ਆਪਣੀ ਜਾਣ ਪਛਾਣ ਹੋਈ ਸੀ ਉਦੋਂ ਬਾਅਦ ਨੰਬਰ ਐਕਸਚੇਂਜ ਉਦੋਂ ਹੌਲੀ ਹੌਲੀ ਗੱਲਾਂ ਹੁੰਦੀਆਂ ਗਈਆਂ ਫਿਰ ਆਸਟ੍ਰੇਲੀਆ ਜਾ ਕੇ ਗੱਲਾਂ ਵੱਧ ਗਈਆਂ ਤੇ ਉਦੋਂ ਜਦੋਂ ਇਹ ਹੋਸਪਿਟਲ ਆਉਣੀ ਸੀ ਤਾਂ ਉਸ ਵੇਲੇ ਮੁੰਡਾ ਸੀਗਾ ਇਹਦੇ ਕੋਲ ਨਹੀਂ ਮੁੰਡਾ ਕਿੰਨੀ ਉਮਰ ਦਾ ਇਸ ਵੇਲੇ ਪਤਾ ਹੈਗਾ ਜੀ ਆਈ ਥਿੰਕ 11 ਸਾਲਾਂ ਦਾ 11 ਸਾਲਾਂ ਦਾ ਤੇ ਵਿਆਹ ਕਿਹੜੇ ਸਾਲ ਚ ਹੋਇਆ ਇਹਦਾ ਵਿਆਹ ਜੀ 2013 ਚ 12 ਚ 2012 ਚ ਹੋਇਆ ਹਾਂਜੀ 12 ਚ 2012 ਵਿੱਚ ਹੋਇਆ ਤੇ ਮੁੰਡਾ ਇਹ ਬਿਮਾਰ ਕਦੋਂ ਹੁੰਦਾ ਹਸਪੀਟਲ ਕਦੋਂ ਹੁੰਦਾ ਇਹ ਜਿਹੜਾ ਉਹ ਮੁੰਡਾ ਬਿਮਾਰ ਹੈ ਦਾ ਭਰਾ ਜੀ ਉਹ ਹੈਗੀ ਹੈ ਗੱਲ ਇੱਥੇ 14 15 ਦੀ 15 ਦੀ ਆ ਹਾਂਜੀ ਇਹ ਇਸ ਕੰਪਲਿਕੇਟਡ ਹੈ ਕੁਝ ਤੁਹਾਡੇ ਜਿਹੜੇ ਫਿਗਰ ਦੱਸ ਰਹੇ ਹੋ ਨਾ ਆਪਣੇ ਟਾਈਮ ਫਰੇਮ ਤੁਹਾਡਾ ਇਹ ਠੀਕ ਨਹੀਂ ਯਾਰ ਮੈਚ ਨਹੀਂ ਕਰ ਰਿਹਾ ਇਹ ਵਿਆਹ ਵੀ 12 ਦਾ ਜੀ ਇਹਦਾ ਵਿਆਹ ਹੋਇਆ 12 ਚ ਇਹਦੇ ਜਿਹੜੇ ਜਵਾਕ ਦਾ ਡੇਟ ਆਫ ਬਰਥ ਆ ਉਹ 25/10/13 ਜੀ ਠੀਕ ਹੈ ਜੀ ਇਹਦਾ ਜਿਹੜਾ ਭਰਾ ਬਿਮਾਰ ਹੋਇਆ ਸੀ ਉਹ 14 ਜਾਂ 15 ਦੀ ਗੱਲ ਆ ਇੱਥੇ ਕ ਕੀਮੋ ਲੱਗਦੇ ਸੀ ਉਹ ਮੈਨੂੰ ਯਾਰ ਪ੍ਰੋਪਰਲੀ ਯਾਦ ਨਹੀਂ ਹੈਗਾ ਉਹ ਵੀ ਵੈਸੇ DMC ਚੋਂ ਨਿਕਲ ਹੀ ਆਉਣਾ ਠੀਕ ਹੈ ਜੀ ਜਿੱਥੇ ਮੇਰੀ ਜਾਣ ਪਛਾਣ ਹੋਈ ਉਦੋਂ ਬਾਅਦ ਫਿਰ 2016 ਚ ਦੁਬਾਰਾ ਉਹਨੂੰ ਹੋਈ ਉਹਦਾ ਫੋਰਟਿਸ ਹੋਇਆ ਠੀਕ ਹੈ ਜੀ ਉਦੋਂ ਵੀ ਮੈਂ ਗਿਆ ਹਨਾ ਜੀ ਫੋਰਟਿਸ ਉਹਦੀ ਉਹ ਹੋਈ ਹੈ ਹਨਾ ਫਿਰ ਉਹਦੀ ਦੀਪ ਹਸਪੀਟਲ 'ਚ ਟ੍ਰੀਟਮੈਂਟ ਚੱਲਦਾ ਰਿਹਾ ਵਾ ਠੀਕ ਹੈ ਜੀ ਐਂਡ 'ਤੇ ਉਹਦੀ ਡੈਥ ਵੀ ਮੁੰਡੇ ਦੀ ਦੀਪ ਹਸਪੀਟਲ ਦੇ ਵਿੱਚ ਹੀ ਹੁੰਦੀ ਹੈ ਓਕੇ ਹੁਣ ਅਸਲ ਮੁੰਡਾ ਜਿਹੜਾ ਕਿਹਦੇ ਕੋਲ ਆ ਮੁੰਡਾ ਜੀ ਇਹਦੇ ਕੋਲ ਆ ਦਸੰਬਰ ਦੇ ਵਿੱਚ ਨਵੰਬਰ ਚ ਨਵੰਬਰ ਦਸੰਬਰ ਚ ਇਹਦੇ ਕੋਲ ਚਲੇ ਗਿਆ ਸੀਗਾ ਮੁੰਡਾ ਉਹ ਆਸਟ੍ਰੇਲੀਆ ਵਿੱਚ ਆ ਇਹਦਾ ਜਵਾਬ ਹਾਂ ਆਸਟ੍ਰੇਲੀਆ ਵਿੱਚ ਤੇ ਬੱਚਾ ਜਿਹੜਾ ਡਿਲੀਵਰ ਹੈ ਕਿੱਥੇ ਹੋਇਆ ਸੀ ਡਿਲੀਵਰੀ ਇਹਦੀ ਆਸਟ੍ਰੇਲੀਆ ਚ ਹੋਈ ਆ ਨਹੀਂ 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 ਉਹ ਤਾਂ 2013 ਦਾ ਬਰਥ ਆ ਜੀ ਉਹ ਡੀਪ ਹਸਪੀਟਲ ਹੀ ਡੀਪ ਹਸਪੀਟਲ ਲੁਧਿਆਣੇ ਤੇ ਬੱਚੇ ਦੇ ਕੋਲ ਪਾਸਪੋਰਟ ਜਿਹੜਾ ਉਹ ਵਾਲੇ ਹਾਲੇ ਵਰਕ ਪਰਮਿਟ ਤੇ ਮਤਲਬ ਇੰਡੀਅਨ ਪਾਸਪੋਰਟ ਹੀ ਆ ਇੰਡੀਅਨ ਪਾਸਪੋਰਟ ਹੈ ਜਿਹੜਾ ਜਿਹੜੀ ਸਵੀਟੀ ਆ ਇਹ ਹਲੇ ਮਤਲਬ ਪੀਆਰ ਨਹੀਂ ਆਸਟ੍ਰੇਲੀਆ ਦੀ ਨਹੀਂ ਨਹੀਂ ਹਲੇ ਪੀਆਰ ਨਹੀਂ ਹੈਗੀ ਆਸਟ੍ਰੇਲੀਆ ਓਕੇ ਤੇ ਤੁਸੀਂ ਇਹਨੂੰ ਇੰਨੇ ਲੱਖ ਰੁਪਈਆ 32 ਲੱਖ ਰੁਪਈਆ ਦਿੱਤਾ ਕਿਉਂ ਆ ਬਾਕੀ ਸਾਹਿਬ ਜਦੋਂ ਇਹ ਆਪਣਾ ਇੱਕ ਵਧੀਆ ਰਿਲੇਸ਼ਨ ਬਣ ਗਿਆ ਸੀ ਹਨਾ ਮਤਲਬ ਆਪਾਂ ਨੂੰ ਪਤਾ ਹੀ ਨਹੀਂ ਸੀ ਇਹਦੀ ਜ਼ਿੰਦਗੀ ਬਾਰੇ ਝੋਲ ਰੱਖਦੀ ਸੀ ਹਨਾ ਤੇ ਆਪਣੇ ਆਪ ਸਾਰਾ ਕੁਝ ਨਾਰਮਲ ਸੀ ਕਿਉਂਕਿ ਦੇਖੋ ਜਦੋਂ ਇਹਦਾ ਹਸਬੰਡ ਨਹੀਂ ਆਈ ਅੰਡਰਸਟੈਂਡ ਨਾਰਮਲ ਸੀ ਤੁਹਾਨੂੰ ਪਤਾ ਸੀ ਜਦੋਂ ਤੁਸੀਂ ਰਿਲੇਸ਼ਨ ਬਣਾਇਆ ਕਿ ਇਹਦਾ ਮੈਰਿਡ ਹੈ ਨਹੀਂ ਨਹੀਂ ਤੇ ਤੁਹਾਨੂੰ ਪਤਾ ਕਦੋਂ ਲੱਗਾ ਇਹ ਮੈਰਿਡ ਹੈ ਮੈਨੂੰ ਜੀ ਇਹਨੇ ਜਦੋਂ ਆਪਦੀ ਸੈਪਰੇਸ਼ਨ ਦੀ ਗੱਲ ਪਿਛਲੇ ਸਾਲ ਕੀਤੀ ਆ 2023 ਚ ਵੀ ਮੇਰੀ ਸੈਪਰੇਸ਼ਨ ਪਈ ਸੀ ਇਦਾਂ ਕਰਕੇ ਜਦੋਂ ਇਹਨੇ ਤੁਹਾਡੇ ਤੋਂ ਪੈਸੇ ਡਿਮਾਂਡ ਕੀਤੀ ਆ ਕਿ ਮੈਂ ਆਸਟ੍ਰੇਲੀਆ ਜਾਣਾ ਜਾਂ ਆਸਟ੍ਰੇਲੀਆ ਤੋਂ ਆਈ ਆ ਔਰ ਤੁਮੇਂ ਪੈਸੇ ਲੋੜ ਹੈ ਪੈਸੇ ਕਾਹਦੇ ਲੋੜ ਆ ਆਸਟ੍ਰੇਲੀਆ ਦੇ ਵਿੱਚ ਹੀ ਇਹਨੇ ਡਿਮਾਂਡ ਕੀਤੀ ਆ ਵੀ ਮੈਂ ਹੁਣ ਘਰ ਲੈਣਾ ਲੀਜ਼ ਲਈ ਮੈਨੂੰ ਪੈਸੇ ਚਾਹੀਦੇ ਆ ਮੈਂ ਗੱਡੀ ਲੈਣੀ ਆ ਮੈਂ ਆਹ ਚੀਜ਼ ਦੀ ਫੀਸ ਭਰਨੀ ਆ ਇਹ ਚੀਜ਼ ਲਈ ਕਿੰਨੀ ਪੇਮੈਂਟ ਲਈ ਇਹਨੇ ਤੁਹਾਡੇ ਤੋਂ ਮਗਾਈ ਮੈਂ ਤੁਹਾਨੂੰ ਦੱਸ ਗਿਆ ਇੱਕ ਮਿੰਟ ਆ ਦੇਖੋ ਹੁਣ ਮੈਂ ਜਿਹੜੀ ਆ ਮੈਂ ਤੁਹਾਨੂੰ ਉਹ ਭੇਜ ਦਿੱਤੀ ਜਸਟ ਗਿਵ ਮੀ ਰਫ ਫਿਗਰ ਦੇ ਦੋ ਮੈਨੂੰ $13,000-14,000 ਦੇ ਤਾਂ ਇਹੀ ਹੈ ਜਿਹੜੇ ਮੈਂ ਰਿਮਿਟਲੀ ਦੇ ਰਾਹੀਂ ਭੇਜੇ ਹੋਏ ਆ ਜੀ ਆ ਜਿਹੜਾ ਅਸੀਂ ਕਿੱਥੋਂ ਕਨਵਰਟ ਕਰੇ ਬੈਂਕ ਤੋਂ ਜਾਂ ਕਿਵੇਂ ਕਿਸ ਤਰ੍ਹਾਂ ਪੈਸਾ ਲਿਆ ਇਹਨਾਂ ਇਹ ਮੇਰੇ ਕੋਲ ਪ੍ਰੂਫ ਬਾਇ ਰਿਮਿਟਲੀ ਭੇਜੇ ਹੋਏ ਨੇ ਜੀ ਰਿਮਿਟਲੀ ਨਾਲ ਤੁਸੀਂ ਪੇਮੈਂਟ ਤੁਸੀਂ ਪੈਸੇ ਕਿੱਥੋਂ ਲਏ ਇਹ ਮੈਂ ਵੀ ਆਪਣਾ ਕੰਮ ਕਰਦਾ ਬਸ ਜੀ ਉਹਦਾ ਮੈਂ ਰਿਮਿਟਲੀ ਰਾਹੀਂ ਇਹਨੂੰ ਭੇਜਿਆ ਕਦੇ $5,000 ਕਦੇ $2,000 ਕਦੇ $1,000 ਕਦੇ $1,400 ਤੁਸੀਂ ਰਹਿੰਦੇ ਕਿੱਥੇ ਸੀਗੇ ਉਸ ਵੇਲੇ ਮੈਂ ਵੀ ਇੱਥੇ ਰਹਿੰਦਾ ਸੀ ਤਾਂ 3-4 ਮਹੀਨੇ ਦੀ 4 ਮਹੀਨਿਆਂ ਦੇ ਵਿੱਚ ਦੀ ਹੋਣੀ ਆ ਟ੍ਰਾਂਜੈਕਸ਼ਨ ਤੁਸੀਂ ਦੇਖ ਲਓ ਪਹਿਲਾਂ ਕਿੰਨੀਆਂ ਹੋਣਗੀਆਂ ਮੈਂ ਬ੍ਰਾਂਟਨ ਚ ਰਹਿੰਦੇ ਹੋ ਤੁਸੀਂ
ਤੁਸੀਂ ਕਿੰਨੇ ਮਹੀਨੇ ਚ 14,000 ਡਾਲਰ ਦੇ ਭੇਜਿਆ? 4 ਮਹੀਨੇ ਚ? ਮਈ ਮਈ ਦਾ ਸੋ ਇਹ ਟ੍ਰਾਂਜੈਕਸ਼ਨ ਹੈ ਮੇਰੀ। ਨਹੀਂ ਨਹੀਂ ਕਿੰਨੇ ਮਹੀਨੇ ਚ ਟ੍ਰਾਂਜੈਕਸ਼ਨ ਹੈ? ਹੈ ਆਹੀ 2000 ਰੁਪਏ ਮਈ ਦਾ ਸੋ ਮੇਰੀ। ਮਤਲਬ ਇੱਕ ਸਾਲ ਦੇ ਵਿੱਚ ਵਿੱਚ ਤੁਸੀਂ 14,000 ਡਾਲਰ ਭੇਜਿਆ? ਹਾਂਜੀ 1051 1500 ਡਾਲਰ ਫਿਰ 1000। ਤੁਸੀਂ 14,000 ਡਾਲਰ ਇਹ ਇੱਕ ਹੀ ਕੰਪਨੀ ਭੇਜਿਆ ਬੈਸਨ ਜੀ ਨੂੰ ਰੀਆ ਜਾਂ ਜੋ ਵੀ ਅਸੀਂ ਭੇਜਿਆ ਇੱਕ ਇੱਕ ਕੰਪਨੀ ਤੁਸੀਂ ਕੀਤੀ? ਹਾਂਜੀ ਰਿਮਿਟਲੀ ਰਿਮਿਟਲੀ। ਅਸ਼ੋਕ ਨੇ ਭੇਜਿਆ ਸੀ ਪੈਸਾ? ਤੇ ਤੁਹਾਨੂੰ ਅਲਾਓ ਕੀਤਾ ਨਾ ਪੈਸੇ ਭੇਜਣ ਲਈ ਗਵਰਨਮੈਂਟ ਨੇ? ਹਾਂਜੀ ਰਿਮਿਟਲੀ ਰਹੀ ਸੈਂਡ ਹੋ ਜਾਂਦੇ ਪਤੀ ਦਾ ਹੋਈ ਹੋਈ ਹੈ ਪੇਮੈਂਟ ਟ੍ਰਾਂਸਫਰ ਬੈਂਕ ਦੇ ਡਿਪੋਜ਼ਿਟ ਆ ਨਾਲ ਇਹਦੇ ਬੈਂਕ ਦੇ ਵਿੱਚ ਇਹਦੇ ਬਾਈ ਨੇਮ ਦੇ ਹੋਏ ਨੇ ਪੈਸੇ। ਇੱਕ ਸਾਲ ਦੇ ਵਿੱਚ 14,000 ਡਾਲਰ ਯੂ ਟਾਕਿੰਗ ਅਬਾਊਟ ਦੈਟ ਤੇ ਸ਼ੋਰ ਹੋ? ਗਿਆਨ ਹੈ ਜੇ 42 ਸਾਲ ਮੈਨੂੰ ਹੋ ਜਾਣੇ 13 ਅਪ੍ਰੈਲ ਨੂੰ ਤੇ ਮੈਂ ਹਾਲੇ ਵੀ ਚੈੱਕ ਕਰਾਂ ਚੀਜ਼ਾਂ ਤੇ ਮੇਰੇ ਖਿਆਲ ਕਿ ਇਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਜ਼ਿੰਦਗੀ ਗੁਸਤਾਖੀ ਹੈ। ਕਾਨੂੰਨ ਜਿਹੜਾ ਹੈ ਆਗਿਆ ਨਹੀਂ ਦੇ ਰਿਹਾ ਦੈਟ ਮਚ ਅਮਾਊਂਟ ਕਿ ਤੁਸੀਂ ਓਵਰਸੀਜ਼ ਜਿਹੜੇ ਆ ਟ੍ਰਾਂਜੈਕਸ਼ਨ ਕਰ ਸਕੋ। ਪਰ ਮਿੱਟਲੀ ਰਹੀ ਬਸ ਇਹਦਾ ਹੋ ਗਿਆ, ਮੈਂ ਤਾਂ ਤੁਹਾਨੂੰ ਉਹੀ ਦੇ ਸਕਦਾ, ਮੈਂ ਤੁਹਾਨੂੰ ਉਹਦੀ ਪੂਰੀ ਡਿਟੇਲ ਰਿਸੈਪਟਾਂ ਭੇਜ ਦਿੰਦਾ ਸਾਡੀ ਫਿਗਰ ਦੀ ਗੱਲ ਤੁਸੀਂ ਚੈੱਕ ਕਰ ਲੈਣਾ। ਐਨੀਵੇ ਆਪਾਂ ਡਿਸਕਸ਼ਨ ਜਿਹੜੀ ਹੈ ਬਹੁਤੀ ਲੰਬੀ ਨਹੀਂ ਜਾਣੀ। ਐਨੀਵੇ ਉਸ ਤੋਂ ਬਾਅਦ ਟੋਟਲ ਪੈਸਾ ਜਿਹੜਾ ਹੈ ਤੁਸੀਂ ਇਹਨੂੰ ਇੰਨੇ ਸਮੇਂ ਵਿੱਚ 32 ਲੱਖ ਭੇਜਿਆ ਰੁਪਇਆ 30 ਲੱਖ ਰੁਪਏ ਦੇ ਕਰੀਬ ਇੰਡੀਆ ਦੇ। ਹਾਂਜੀ 30 ਲੱਖ ਇੰਡੀਆ ਦੀ ਕਰੰਸੀ ਨੂੰ ਕਨਵਰਟ ਕਰੀਏ ਤੇ ਇੰਨਾ ਬਣਦਾ ਆ ਤੇ ਇਹ 30 ਲੱਖ ਰੁਪਏ ਲਿਆ ਇਹਨੇ ਪ੍ਰਾਪਰਟੀ ਜਿਹੜੀ ਸੀ ਲੀਜ਼ ਤੇ ਲੈਣੀ ਸੀ। ਜਿਵੇਂ ਮੰਨਾ ਨਾ ਜੀ ਹਰ ਇੱਕ ਕੰਮ ਲਈ ਜਿਵੇਂ ਨੇ ਕਿਸੇ ਕੋਰਸ ਪੜ੍ਹਨ ਲੱਗਣਾ ਜਿਵੇਂ ਘਰ ਲਿਆ ਦੋ ਵਾਰ ਇਹਨੇ ਘਰ ਲਿਆ ਅੱਗੇ ਸਿਡਨ ਲਿੱਤਾ ਮਰਿਆਉਂਗ ਫਿਰ ਪਰਥ ਲਿੱਤਾ ਬੈਂਕ ਸੀ ਅਗਰ ਉਹ ਮੈਂ ਫਿਰ ਇਹਨੇ ਗੱਡੀ ਲਿੱਤੀ ਹੁਣ ਪਰਥ ਚ ਤੇ ਫਿਰ ਇਹਨੇ ਆਪਣੇ ਇੱਕ ਫੀਸ ਭਰਨੀ ਜੀ ਉਹਦੇ ਲਈ ਇੱਦਾਂ ਅਲੱਗ ਅਲੱਗ। ਤੁਹਾਡੇ ਨਾਲ ਜਦੋਂ ਇੱਥੇ ਆਈ ਹੈ ਕਿੰਨਾ ਸਮਾਂ ਰਹੀ ਆ? ਇੰਡੋਨੇਸ਼ੀਆ ਹਫ਼ਤਾ ਜੀ। ਕੋਈ ਤੁਸੀਂ ਬੱਚਾ ਵੀ ਲਿਆ? ਨਹੀਂ ਨਹੀਂ ਜੀ ਕੁਛ ਨਹੀਂ ਇੱਦਾਂ। ਸੋ ਤੁਹਾਡੇ ਮਨ ਵਿੱਚ ਸੀਗਾ ਕਿ ਇਹ ਮੈਨੂੰ ਇਟ ਆਸਟ੍ਰੇਲੀਆ ਲੈ ਜਾਊਗੀ ਤਾਂ ਪੀਰ ਕਰਾ ਦੋਗੀ? ਟੈਲ ਮੀ ਟਰੂ। ਨਹੀਂ 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 ਬਸ ਇਹਦਾ ਇਦਾਂ ਦਾ ਕੁਛ ਨਹੀਂ, ਮੈਂ ਇੱਥੇ ਸੈੱਟ ਆ ਮੇਰਾ ਓਕੇ ਆ ਜੀ ਇੱਥੇ ਉਹ ਹੈ ਜਾਂ ਕੁਛ। ਫਿਰ ਮੈਂ ਇੱਥੇ ਕਾਹਤੋਂ ਆਉਣਾ ਸੀ ਬਸ ਇਹਦਾ, ਫਿਰ ਤਾਂ ਮੈਂ ਸਾਰਾ ਕੁਛ ਨਿਬੇੜ ਕੇ ਫਿਰ ਵੀ ਹੁਣ ਉਹਦੇ ਨਾਲ ਰੱਖ ਲੈਂਦਾ ਲੋਟ ਕਰ। ਤੁਸੀਂ ਮੈਨੂੰ ਇਹ ਸੈਟਿਸਫਾਈਡ ਕਰਾਓ ਕਿ ਤੁਹਾਡੀ ਅਟੈਂਸ਼ਨ ਜਿਹੜੀ ਆ ਉਹ 32 ਲੱਖ ਜੇ ਪੱਕੇ ਹੋਣ ਦੇ ਲਈ ਨਹੀਂ ਸੀ ਤਾਂ ਕਾਹਦੇ ਵਾਸਤੇ ਸੀ 32 ਲੱਖ ਰੁਪਏ ਦੇਣਾ? ਜਦੋਂ ਇੱਕ ਬੰਦਾ ਕਿਸੇ ਨਾਲ ਰਿਲੇਸ਼ਨ ਚ ਹੁੰਦਾ ਜੇ ਆਪਾਂ ਹਨਾ ਜਦੋਂ ਕਮਾਉਂਦੇ ਆ ਪੈਸੇ ਤੇ ਜਦੋਂ ਉਹ ਬੰਦਾ ਕਹਿੰਦਾ ਵੀ ਹਾਂ ਜਦੋਂ ਆਪਾਂ ਇੱਕ ਬੰਦੇ ਨਾਲ ਸੋਚਦੇ ਆ ਵੀ ਚਲੋ ਆਪਣਾ ਫਿਊਚਰ ਆ ਹਨਾ ਤੇ ਜੇ ਉਹ ਬੰਦਾ ਕਹਿੰਦਾ ਵੀ ਮੈਨੂੰ ਅੱਜ ਮੈਂ ਕਿਹੜਾ ਇਕੱਠਾ ਭੇਜਦਾ ਮਤਲਬ ਅਲੱਗ ਅਲੱਗ ਉਹਦੇ ਵਿੱਚ ਦੀ ਆ ਨਾ ਵੀ ਅਲੱਗ ਅਲੱਗ ਮਤਲਬ ਟ੍ਰਾਂਜੈਕਸ਼ਨ ਹਨ ਜਿਵੇਂ 1000 ਭੇਜਿਆ ਹੋਇਆ 1400 ਭੇਜਿਆ ਹੋਇਆ ਇਹ ਫਿਰ ਮਤਲਬ ਇੰਡੀਆ ਤੋਂ ਵੀ ਨੇ ਹਨਾ ਜਿਹੜੀਆਂ ਆਪਾਂ ਮਤਲਬ ਮਨੀ ਐਕਸਚੇਂਜ ਦੇ ਵਿੱਚੋਂ ਆਪਾਂ ਪੈਸੇ ਟ੍ਰਾਂਸਫਰ ਕਰਾ ਦਿੰਦੇ ਆਪਾਂ ਕਹਿ ਦਿੰਦੇ ਵੀ ਅਕਾਊਂਟ ਚ ਪਾ ਦਿਓ ਹਨਾ ਇਹਦੇ ਤੇ